ਹਲਚਲ ਟੀਵੀ ਨਿਊਜ਼। ਬੀਤੇ ਦਿਨ ਲੁਧਿਆਣਾ ਸ਼ਹਿਰ ਦੇ BR ਐਸ ਨਗਰ ਜੇ ਬਲਾਕ ਵਿਖੇ ਪੈਂਦੇ ਗੁਰੂ ਰਾਮਦਾਸ ਪਾਰਕ ਵਿੱਚ ਸਮੂਹ ਇਲਾਕਾ ਨਿਵਾਸੀ ਘਰੇਲੂ ਔਰਤਾਂ, ਨੌਜਵਾਨ ਮੁਟਿਆਰਾਂ ਤੇ ਬਜ਼ੁਰਗ ਪੇਂਡੂ ਸਵਾਣੀਆਂ ਨੇ ਤੀਜ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ। ਇਸ ਵਿੱਚ ਮੁੱਖ ਮਹਿਮਾਨ ਵਜੋਂ ਕੌਂਸਲਰ ਬੀਬੀ ਵੀਰਾ ਵੇਦੀ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਤਿਉਹਾਰ ਦੇ ਮੁੱਖ ਪ੍ਰਬੰਧਕ ਬੀਬੀ ਇਕਜੋਤ ਕੌਰ ਤੇ ਲਖਵੀਰ ਕੌਰ ਮੀਨੂ ਵੱਲੋਂ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੀਆਂ ਨੌਜਵਾਨ ਮੁਟਿਆਰਾਂ ਨੂੰ ਪੰਜਾਬੀ ਪਹਿਰਾਵੇ ਅਤੇ ਲੋਕ ਬੋਲੀਆਂ ਹੇਠ ਤਿਆਰ ਕਰਵਾਇਆ ਗਿਆ। ਇਸ ਮੌਕੇ ਤੇ ਤੀਆਂ ਮਨਾਉਣ ਪਹੁੰਚੀਆਂ ਨੌਜਵਾਨ ਮੁਟਿਆਰਾਂ ਨੇ ਗਿੱਧਾ ਭੰਗੜਾ ਪਾ ਕੇ ਬੜੇ ਹੀ ਧੂਮਧਾਮ ਨਾਲ ਸਟੇਜ ਤੇ ਪਰਫਾਰਮ ਕੀਤਾ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਤਿਉਹਾਰ ਯਾਦਾਂ ਛੱਡ ਸਮਾਪਤ ਹੋ ਗਿਆ। ਅੱਜ ਵਾਰਡ ਨੰਬਰ 57 ਦੇ ਵਿੱਚ ਸਾਡੇ ਇਲਾਕਾ ਨਿਵਾਸੀਆਂ ਨੇ ਬੜੇ ਹੀ ਅੱਛਾ ਉਪਰਾਲਾ ਕਰਕੇ ਇਹ ਤੀਜ ਦਾ ਤਿਉਹਾਰ ਮਨਾ ਰਹੇ ਹਨ। ਸਾਨੂੰ ਬੜੀ ਖੁਸ਼ੀ ਹੈ ਕਿ ਬੱਚੇ ਫਿਰ ਤੋਂ ਵਿਰਾਸਤ ਦੇ ਨਾਲ ਜੁੜ ਗਏ ਹਨ। ਸਾਨੂੰ ਆਪਣੇ ਸੱਭਿਆਚਾਰ ਨੂੰ ਬਿਲਕੁਲ ਵੀ ਨਹੀਂ ਭੁੱਲਣਾ ਚਾਹੀਦਾ। ਬੱਚਿਆਂ ਨੂੰ ਦੇਖ ਕੇ ਅੱਜ ਬਹੁਤ ਮਨ ਖੁਸ਼ ਹੋ ਰਿਹਾ ਕਿ ਇਹਨਾਂ ਨੂੰ ਆਪਣੀਆਂ ਤੀਆਂ ਦੇ ਤਿਉਹਾਰ ਦੇ ਮਨਾਉਣ ਵਿੱਚ ਜੋ ਇਹਨਾਂ ਨੂੰ ਖੁਸ਼ੀ ਮਿਲ ਰਹੀ ਹੈ, ਸਾਨੂੰ ਮਿਲ ਰਹੀ ਹੈ, ਬਹੁਤ ਹੀ ਅੱਛਾ ਲੱਗ ਰਿਹਾ। ਅਸੀਂ ਸਾਰੇ ਅੱਜ ਇੱਥੇ ਤੀਜ ਦਾ ਤਿਉਹਾਰ ਮਨਾਉਣ ਲਈ ਇਕੱਠੇ ਹੋਏ ਹਾਂ। ਜਿੱਦਾਂ ਅੱਜ ਕੱਲ੍ਹ ਦਾ ਯੂਥ ਇਹ ਸਾਰੀਆਂ ਚੀਜ਼ਾਂ ਭੁੱਲ ਹੀ ਗਿਆ ਹੈ, ਪਰ ਅਸੀਂ ਉਸ ਨੂੰ ਫਿਰ ਤੋਂ ਯਾਦ ਕਰਵਾਉਣ ਵਾਸਤੇ ਜੇ ਬਲਾਕ ਦੇ ਪਾਰਕ ਵਿੱਚ ਇਹ ਉਪਰਾਲਾ ਕੀਤਾ ਹੈ। ਇਸ ਦੇ ਵਿੱਚ ਸਾਰੀਆਂ ਭਾਬੀਆਂ ਨੇ, ਮਾਵਾਂ ਨੇ ਗਿੱਧੇ ਤਿਆਰ ਕੀਤੇ ਹਨ, ਪਰਫਾਰਮੈਂਸਿਸ ਤਿਆਰ ਕੀਤੇ ਹਨ ਅਤੇ ਇਕੱਠੇ ਬਹਿ ਕੇ ਮਹਿੰਦੀ ਲਵਾਈ ਹੈ। ਐਂਡ ਅਸੀਂ ਇਸ ਦੇ ਥਰੂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਨੂੰ ਇਹ ਪ੍ਰੋਗਰਾਮ ਨੂੰ ਹਮੇਸ਼ਾ ਲਈ ਮਨਾਉਣਾ ਚਾਹੀਦਾ ਹੈ ਅਤੇ ਆਪਣੇ ਸੱਭਿਆਚਾਰ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ। ਲੁਧਿਆਣਾ ਤੋਂ ਹਲਚਲ ਟੀਵੀ ਲਈ ਅਮਿਤ ਸਚਦੇਵਾ ਦੀ ਰਿਪੋਰਟ। ਆਪ ਦੇਖ ਰਹੇ ਹੈ ਹਲਚਲ ਟੀਵੀ ਨਿਊਜ਼।